ਖਾਤੇ ਹੋ ਜਾਣੇ ਬੰਦ, ਲੋਕਰ ਹੋ ਜਾਣੇ ਫ੍ਰੀਜ਼। ਪਹਿਲਾਂ ਹੀ ਆਧਾਰ ਕਾਰਡ ਸੰਬੰਧੀ ਫ੍ਰੀ ਚ ਕਰਵਾ ਲਓ ਆ ਕੰਮ। ਜਨਵਰੀ ਤੋਂ ਬਾਅਦ ਬਹੁਤ ਕੁਝ ਬਦਲਣ ਵਾਲਾ ਇਸ ਦੇਸ਼ ਵਿੱਚ। ਦੇਸ਼ 2023 ਨੂੰ ਅਲਵਿਦਾ ਕਹਿਣ ਅਤੇ ਨਵੇਂ ਸਾਲ ਦਾ ਸਵਾਗਤ ਕਰਨ ਦੇ ਲਈ ਤਿਆਰ ਹੈ। 1 ਜਨਵਰੀ 2024 ਤੋਂ ਸਿਰਫ ਕੈਲੰਡਰ ਹੀ ਨਹੀਂ ਬਦਲੇਗਾ, ਸਗੋਂ ਦੇਸ਼ ਦੇ ਵਿੱਚ ਕਈ ਅਜਿਹੇ ਬਦਲਾਅ ਹੋਣ ਵਾਲੇ ਨੇ ਜਿਸ ਦਾ ਅਸਰ ਸਾਡੀ ਅਤੇ ਤੁਹਾਡੀ ਦੋਹਾਂ ਦੀ ਜ਼ਿੰਦਗੀ ਤੇ ਪਵੇਗਾ, ਜੇਬ ਉੱਤੇ ਪਵੇਗਾ। 1 ਜਨਵਰੀ 2024 ਤੋਂ ਸਿਮ ਕਾਰਡ ਦੇ ਨਾਲ ਜੁੜੇ ਕਈ ਨਿਯਮ, ਬੈਂਕ ਲੋਕਰ ਨਿਯਮਾਂ ਤੋਂ ਲੈ ਕੇ ITR ਫਾਈਲ ਕਰਨ ਦੇ ਨਿਯਮਾਂ ਦੇ ਵਿੱਚ ਬਦਲਾਅ ਹੋਣ ਜਾ ਰਿਹਾ। ਛੋਟਾ ਮੋਟਾ ਬਦਲਾਅ ਨਹੀਂ, ਸਗੋਂ ਬਹੁਤ ਵੱਡਾ ਬਦਲਾਅ ਹੋਣ ਜਾ ਰਿਹਾ। ਪੂਰੀ ਰਿਪੋਰਟ ਸੁਣੋ। ਇਸ ਲਈ ਸਾਰੇ ਪਾਠਕਾਂ ਦੇ ਲਈ ਇਹ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਨਵੇਂ ਸਾਲ ਦੇ ਵਿੱਚ ਹੋਰ ਕਿਹੜੀਆਂ ਤਬਦੀਲੀਆਂ ਆਉਣਗੀਆਂ ਅਤੇ ਇਸਦਾ ਸਾਡੀ ਜ਼ਿੰਦਗੀ ਅਤੇ ਜੇਬ ਦੇ ਉੱਤੇ ਕੀ ਪ੍ਰਭਾਵ ਪਵੇਗਾ। 1 ਜਨਵਰੀ ਤੋਂ ਹੋਣ ਵਾਲੇ ਨਵੇਂ ਬਦਲਾਅ ਦੇ ਮੱਦੇਨਜ਼ਰ ਲੋਕਾਂ ਨੂੰ ਆਪਣੇ ਸਾਰੇ ਜ਼ਰੂਰੀ ਕੰਮ 31 ਦਸੰਬਰ 2023 ਤੱਕ ਪੂਰੇ ਕਰ ਲੈਣੇ ਪੈਣਗੇ। ਤਾਂ ਜੋ ਨਵੇਂ ਸਾਲ ਦੇ ਵਿੱਚ ਬਦਲਾਅ ਹੋਣ ਜਾ ਰਹੇ ਹਨ, ਤਾਂ ਆਓ ਜਾਣ ਲੈਂਦੇ ਹਾਂ ਕਿ ਨਵੇਂ ਸਾਲ ਵਿੱਚ ਕਿਹੜੇ ਬਦਲਾਅ ਹੋਣੇ ਨੇ ਤੇ 31 ਦਸੰਬਰ ਤੋਂ ਪਹਿਲਾਂ ਸਾਨੂੰ ਕੀ ਕਰਨਾ ਤੇ ਨਵਾਂ ਸਾਲ ਜਦੋਂ ਆਏਗਾ ਉਦੋਂ ਕਿਹੜੀਆਂ ਵੱਡੀਆਂ ਚੀਜ਼ਾਂ ਜੋ ਨੇ ਬਦਲਣ ਵਾਲੀਆਂ ਨੇ ਦੇਸ਼ ਦੇ ਵਿੱਚ। ITR ਯਾਨੀ ਵਿੱਤੀ ਸਾਲ 2022 ਤੇ 2023 ਦੇ ਲਈ ਜੁਰਮਾਨੇ ਦੇ ਨਾਲ ਆਮਦਨ ਰਿਟਰਨ ਭਰਨ ਦੀ ਜੋ ਆਖਰੀ ਮਿਤੀ 31 ਦਸੰਬਰ 2023 ਹੈ, ਜੇਕਰ ਤੁਸੀਂ ਤੈਅ ਸੀਮਾ ਤੋਂ ਪਹਿਲਾਂ ਅਜਿਹਾ ਨਹੀਂ ਕਰਦੇ ਤਾਂ ਤੁਹਾਡੇ ਖਿਲਾਫ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਇੰਨਾ ਹੀ ਨਹੀਂ, RTR ਦੇਰੀ ਦੇ ਨਾਲ ਫਾਈਲ ਕਰਨ ਵਾਲਿਆਂ ਤੇ ₹5,000 ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਹਾਲਾਂਕਿ ਜਿਨ੍ਹਾਂ ਲੋਕਾਂ ਦੀ ਕੁੱਲ ਆਮਦਨ ₹5,00,000 ਤੋਂ ਘੱਟ ਹੈ ਉਹਨਾਂ ਨੂੰ ਸਿਰਫ ₹1,000 ਦਾ ਜੁਰਮਾਨਾ ਭਰਨਾ ਹੋਵੇਗਾ। ਸਿਮ ਕਾਰਡ ਦੇ ਨਾਲ ਸੰਬੰਧਿਤ ਨਿਯਮ, 1 ਜਨਵਰੀ 2024 ਤੋਂ ਸਿਮ ਕਾਰਡ ਖਰੀਦਣ ਅਤੇ ਰੱਖਣ ਦੇ ਨਿਯਮਾਂ ਦੇ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ। ਹੁਣ ਨਵੇਂ ਸਾਲ ਦੇ ਵਿੱਚ ਗਾਹਕਾਂ ਨੂੰ ਸਿਮ ਕਾਰਡ ਖਰੀਦਣ ਸਮੇਂ KYC ਜਮ੍ਹਾਂ ਕਰਵਾਉਣਾ ਹੋਵੇਗਾ। ਕਾਗਜ਼ ਆਧਾਰਿਤ KYC ਦੀ ਪ੍ਰਕਿਰਿਆ ਸਿਮ ਕਾਰਡ ਖਰੀਦਣ ਦੇ ਸਮੇਂ ਸ਼ੁਰੂ ਹੋਵੇਗੀ। ਸਿਮ ਕਾਰਡ ਲੈਣ ਦੇ ਸਮੇਂ ਤੁਹਾਨੂੰ ਬਾਇਓਮੈਟ੍ਰਿਕਸ ਦੁਆਰਾ ਜੋ ਆਪਣੇ ਵੇਰਵੇ ਯਾਨੀ ਕਿ ਆਪਣੀ ਇਨਫੋਰਮੇਸ਼ਨ ਅਪਡੇਟ ਦੀ ਪੁਸ਼ਟੀ ਕਰਨੀ ਪਵੇਗੀ। ਬੈਂਕ ਲੋਕਰ ਦੇ ਨਾਲ ਸੰਬੰਧਿਤ ਨਿਯਮ ਦੱਸ ਦਿੰਦੇ ਹਾਂ ਹੁਣ ਕਿ ਭਾਰਤੀ ਰਿਜ਼ਰਵ ਬੈਂਕ ਦੇ ਜੋ ਅਨੁਸਾਰ ਦੱਸਿਆ ਜਾਂਦਾ ਹੈ, ਬੈਂਕਾਂ ਦੇ ਵਿੱਚ ਲੋਕਰ ਰੱਖਣ ਵਾਲੇ ਗਾਹਕਾਂ ਕੋਲ ਹੁਣ 31 ਤਰੀਕ ਤੱਕ ਸੋਧੇ ਹੋਏ ਬੈਂਕ ਲੋਕਰ ਸਮਝੌਤੇ ਤੇ ਦਸਤਖਤ ਕਰਕੇ ਜਮ੍ਹਾਂ ਰਕਮ ਪ੍ਰਾਪਤ ਕਰਨ ਦਾ ਵਿਕਲਪ ਹੈ। ਨਵੇਂ ਨਿਯਮ ਦੇ ਮੁਤਾਬਕ ਜੇਕਰ ਉਹ ਇਸ ਸਮਾਂ ਸੀਮਾ ਤੱਕ ਅਜਿਹਾ ਨਹੀਂ ਕਰਦੇ ਹਨ ਤਾਂ ਉਹਨਾਂ ਦਾ ਬੈਂਕ ਲੋਕਰ 1 ਜਨਵਰੀ 2024 ਤੋਂ ਫ੍ਰੀਜ਼ ਕਰ ਦਿੱਤਾ ਜਾਵੇਗਾ। ਡੀਮੈਟ ਖਾਤੇ ਦੇ ਨਾਲ ਸੰਬੰਧਿਤ ਨਿਯਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਦੇ ਹਾਂ ਕਿ ਜੇਕਰ ਤੁਹਾਡੇ ਕੋਲ ਡੀਮੈਟ ਖਾਤਾ ਹੈ ਤਾਂ ਤੁਹਾਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਸੇਬੀ ਯਾਨੀ ਭਾਰਤ ਦੇ ਰੈਗੂਲੇਟਰੀ ਸਿਕਿਉਰਿਟੀਜ਼ ਬੋਰਡ ਨੇ ਡੀਮੈਟ ਖਾਤੇ ਵਿੱਚ ਨਾਮਜ਼ਦਗੀ ਜੋੜਨ ਦੀ ਆਖਰੀ ਮਿਤੀ 31 ਦਸੰਬਰ 2023 ਨਿਸ਼ਚਿਤ ਕੀਤੀ ਹੈ। ਅਜਿਹੀ ਸਥਿਤੀ ਦੇ ਵਿੱਚ ਕਿਸੇ ਵੀ ਖਾਤਾ ਧਾਰਕ ਦਾ ਡੀਮੈਟ ਖਾਤਾ 1 ਜਨਵਰੀ 2024 ਤੋਂ ਫਰੀਜ਼ ਕੀਤਾ ਜਾ ਸਕਦਾ ਹੈ ਜੋ ਨਾਮਜ਼ਦਗੀ ਨੂੰ ਸ਼ਾਮਲ ਨਹੀਂ ਕਰਦੇ ਹਨ। ਆਧਾਰ ਕਾਰਡ ਅਪਡੇਟ ਸੰਬੰਧੀ ਨਿਯਮ ਦੱਸਦੇ ਹਾਂ ਕਿ ਬਿਨਾਂ ਕਿਸੇ ਵਾਧੂ ਫੀਸ ਦੇ ਆਧਾਰ ਕਾਰਡ ਨੂੰ ਆਨਲਾਈਨ ਅਪਡੇਟ ਕਰਨ ਦੀ ਆਖਰੀ ਮਿਤੀ 31 ਦਸੰਬਰ 2023 ਹੈ। ਜੇਕਰ ਤੁਸੀਂ ਇਸ ਤਾਰੀਖ ਤੱਕ ਆਧਾਰ ਅਪਡੇਟ ਨਹੀਂ ਕਰ ਪਾਉਂਦੇ ਹੋ ਤਾਂ 1 ਜਨਵਰੀ 2024 ਤੋਂ ਤੁਹਾਨੂੰ ਦਸਤਾਵੇਜ਼ ਦੇ ਵਿੱਚ ਕਿਸੇ ਵੀ ਬਦਲਾਅ ਦੇ ਲਈ ₹50 ਦਾ ਭੁਗਤਾਨ ਤਾਂ ਕਰਨਾ ਹੀ ਹੋਵੇਗਾ। ਇਸ ਲਈ ਜੇਕਰ ਤੁਸੀਂ ਆਪਣੇ ਆਧਾਰ ਕਾਰਡ ਵਿੱਚ ਕੁਝ ਵੀ ਬਦਲਾਅ ਚਾਹੁੰਦੇ ਹੋ ਤਾਂ 31 ਦਸੰਬਰ ਤੱਕ ਕਰ ਲਓ, ਉਸ ਤੋਂ ਪਹਿਲਾਂ ਕਰ ਲਓ, ਕਿਉਂਕਿ ਉਸ ਤੋਂ ਬਾਅਦ ਵੱਡੇ ਬਦਲਾਅ ਹੋਣ ਜਾ ਰਹੇ ਨੇ, ਤੁਹਾਨੂੰ ਪੈਸੇ ਦੇਣੇ ਪੈ ਸਕਦੇ ਨੇ। ਤਾਂ
ਜੋ ਹੈ ਦੇਸ਼ ਦੇ ਵਿੱਚ ਵੱਡੇ ਬਦਲਾਵ ਨੂੰ ਲੈ ਕੇ ਖਬਰ ਹੈ ਤਾਂ ਸਭ ਦੇ ਨਾਲ ਸਾਂਝੀ ਕਰੋ, ਕਿਉਂਕਿ ਨਿਊ ਈਅਰ ਤੋਂ ਪਹਿਲਾਂ ਆ ਸਭ ਤੱਕ ਪਹੁੰਚ ਜਾਣੀ ਚਾਹੀਦੀ ਹੈ, ਕਿਉਂਕਿ ਕਿਸੇ ਦੀ ਵੀ ਜ਼ਿੰਦਗੀ ਦੇ ਉੱਪਰ ਅਸਰ ਜੋ ਹੈ ਪੈਣ ਵਾਲਾ, ਜੇਬਾਂ ਦੇ ਉੱਪਰ ਵੀ ਅਸਰ ਪੈਣ ਵਾਲਾ ਹੈ। ਤਾਂ ਇਸ ਤਰੀਕੇ ਦੀ ਵਧੇਰੀ ਜਾਣਕਾਰੀ ਦਿੰਦੇ ਰਹਾਂਗੇ ਤੁਹਾਡੇ ਨਾਲ ਡੇਲੀ ਪੋਸਟ ਪੰਜਾਬੀ ਤੇ।